ਮੈਂ ਤੁਹਾਨੂੰ ਪੁਆਇੰਟ ਬਾਈ ਪੁਆਇੰਟ ਦੱਸਾਂਗਾ ਕਿ ਅੰਸਾਰੀ ਕੇਸ ਦਾ ਇਹ ਜੇਲ੍ਹ ਡਿਪਾਰਟਮੈਂਟ ਪਟੀਸ਼ਨਰ ਨਹੀਂ ਸੀਗਾ, ਰਿਸਪੋਂਡੈਂਟ ਸੀਗਾ। ਸੁਪਰੀਮ ਕੋਰਟ 'ਚੋਂ ਸਰਕਾਰ ਗਈ, ਉਹਨਾਂ ਨੇ ਰਿਸਪੋਂਡੈਂਟ ਜੇਲ੍ਹ ਡਿਪਾਰਟਮੈਂਟ ਨੂੰ ਬਣਾਇਆ ਔਰ 8/1/2021 ਨੂੰ ਐਡਵੋਕੇਟ ਜਨਰਲ ਨੇ ਡਿਪਾਰਟਮੈਂਟ ਨੂੰ ਲਿਖਿਆ ਕਿ ਤੁਹਾਨੂੰ ਉੱਥੇ ਰਿਸਪੋਂਡੈਂਟ ਬਣਾਇਆ ਗਿਆ ਅਤੇ ਤੁਹਾਨੂੰ ਉੱਥੇ ਪੇਸ਼ ਹੋਣਾ ਪਏਗਾ। ਫਿਰ 30/1/2021 ਨੂੰ ਚੀਫ ਮਿਨਿਸਟਰ ਐਡਵੋਕੇਟ ਜਨਰਲ ਨੇ ਰਿਕਮੈਂਡ ਕੀਤਾ ਚੀਫ ਮਿਨਿਸਟਰ ਨੂੰ ਕਿ ਜਿਹੜੀ ਦਸ਼ਾਂਤ ਦਵੇ ਦੀ ਅਪੁਆਇੰਟਮੈਂਟ ਆ ਉਹਨੂੰ ਅਸੀਂ ਕਰਦੇ ਹਾਂ। ਏ 1 ਦੇ ਨਾਲ ਤੁਹਾਨੂੰ ਮੈਂ ਕਾਪੀ ਬਾਅਦ 'ਚ ਦੇ ਦਾਂਗਾ। ਉਹਦੇ ਬਾਅਦ ਮਿਸਟਰ ਦਵੇ ਨੂੰ ਉੱਥੇ ਇੰਗੇਜ ਕਰ ਲਿਆ ਅਤੇ ਨਾਲ ਹੀ ਇਹ ਲਿਖਦਾ ਕਿ ਜੋ ਗੌਰਮੈਂਟ ਦੀਆਂ ਨੋਰਮਸ ਨੇ ਜੋ ਪਰਮਿਟ ਕਰਦੇ ਨੇ ਕਿ ਕਿੰਨੇ ਪੈਸੇ ਦੇਣੇ ਆ ਉਹ ਗੌਰਮੈਂਟ ਡਿਸਾਈਡ ਕਰੇਗੀ। ਕਨੈਕਚਰ A2 ਦੇ ਨਾਲ ਆ, ਉਹਦੇ ਵਿੱਚ ਜਿਹੜੀ ਗੌਰਮੈਂਟ ਦੀ ਰਿਕਮੈਂਡੇਸ਼ਨ ਹੈ ਜਾਂ ਫੀਸ ਇਹਨਾਂ ਕੋਲ ਜੋ ਜੱਜਾਂ ਵਕੀਲਾਂ ਕੋਲ ਲਈਦੀ ਆ ਤਾਂ ਉਹ ਆਪਣੇ ਆਪ ਫੀਸ ਲਿਖੇ ਪਾਉਂਦੇ ਨੇ। ਉਹਦੇ 'ਚ 3,30,000 ਰੁਪਇਆ ਦਵੇ ਦੇ ਨਾਲ ਫੀਸ ਜਿਹੜੀ ਆ ਉਹ ਗੌਰਮੈਂਟ ਨੇ ਕੀਤੀ ਸੀ। ਬਿੱਲ ਕੋਈ ਜਿੰਨਾ ਮਰਜ਼ੀ ਦੇ ਦੇ ਪਰ ਉਹਦੇ ਉੱਤੇ ਬਿੱਲ ਜਿੰਨਾ ਮਰਜ਼ੀ ਕੋਈ ਦੇ ਦੇ ਬਿੱਲ ਦੇ ਉੱਪਰ ਪੈਸੇ ਨਹੀਂ ਜਾਂਦੇ, ਜੋ ਗੌਰਮੈਂਟ ਨੇ ਫਿਕਸ ਕੀਤੀ ਹੁੰਦੀ ਆ ਉਹੀ ਫੀਸ ਦਿੱਤੀ ਜਾਂਦੀ। ਉਹ ਪਹਿਲੀ ਗੱਲ ਚੀਫ ਮਿਨਿਸਟਰ ਦੀ ਝੂਠੀ ਆ ਕਿ 55 ਲੱਖ ਨਹੀਂ। ਮੇਰਾ ਖਿਆਲ ਹੈ ਕਿ ਇਹਨੇ ਚੀਫ ਮਿਨਿਸਟਰ ਨੇ 55 ਲੱਖ 'ਤੇ ਸਾਈਨ ਕਰਕੇ ਉਹਨੂੰ ਫੀਸ ਭੇਜ ਦਿੱਤੀ ਆ, ਮੈਨੂੰ ਇਹ ਲੱਗ ਰਿਹਾ। ਤਾਂ ਉਹ ਐਕਚੁਅਲੀ ਫੀਸ ਭਰਦੀ ਆ 17,60,000 ਉਹਦੀ। ਇਹ ਸਭ ਤੋਂ ਵੱਡਾ ਇਹਦਾ ਪਹਿਲਾ ਝੂਠ। ਦੂਸਰੀ ਚੀਜ਼ ਕਿ ਉਹਦੇ ਬਾਅਦ 7/1/2022 ਨੂੰ ਮੀਟਿੰਗ ਹੁੰਦੀ ਆ AG ਪੰਜਾਬ, ACS ਹੋਮ, ACS ਫਾਈਨਾਂਸ, ACS ਜੇਲ੍ਹ ਐਂਡ ADGP ਜੇਲ੍ਹ, ਉਹਨਾਂ ਨੇ ਆਪਣੇ ਲੈਵਲ 'ਤੇ ਮੀਟਿੰਗ ਕੀਤੀ। ਉਹਦੇ ਬਾਅਦ ਉਹਨਾਂ ਨੇ ਜੇ ਇਹਦੇ 'ਚ ਜੇਲ੍ਹ ਮਿਨਿਸਟਰ ਦਾ ਕਦੀ ਰੋਲ ਹੀ ਨਹੀਂ ਆਇਆ। ਜੇਲ੍ਹ ਮਿਨਿਸਟਰ ਨੂੰ ਕਦੀ ਜਿਹੜੇ ਡਿਪਾਰਟਮੈਂਟ ਹੁੰਦੇ ਆ ਉਹਨੂੰ AG ਲਿਖ ਕੇ ਭੇਜਦਾ ਡਿਫੈਂਡ ਕਰ ਲਈ ਕਿ ਤੁਹਾਡੇ ਡਿਪਾਰਟਮੈਂਟ ਦਾ ਕੇਸ ਆਇਆ, ਅਤੇ ਉਹ ਚੀਫ ਮਿਨਿਸਟਰ ਕੋਲ ਫਾਈਲ ਚਲੀ ਜਾਂਦੀ ਆ ਜਿਹੜਾ ਵਕੀਲ ਅੰਗੇਜ ਕਰਨੇ ਹੁੰਦੇ ਆ। ਦੂਸਰੀ ਚੀਜ਼ ਉਹਦੇ 'ਚ ਆ ਗਈ ਤਾਂ ਕਈ ਕਹਿੰਦਾ ਜੀ ਟ੍ਰਾਂਸਫਰ ਦੀ ਜਿਹੜੀ ਗੱਲ ਹੈ ਕਿ ਉਸ ਵੇਲੇ ਜੇਲ੍ਹਾਂ 'ਚ ਰਿਹਾ। ਟ੍ਰਾਂਸਫਰ ਹੋਣਾ ਜੇ ਕੋਈ ਬਾਹਰਲੀ ਸਟੇਟ ਵਾਲਾ ਭੇਜਦਾ, ਮੈਂ ਆਪਣੇ ਟਾਈਮ 'ਤੇ 27/11/2018 ਨੂੰ ਇੱਕ ਸਟੈਂਡਿੰਗ ਆਰਡਰ ਕੱਢ ਦਿੱਤੇ ਸੀ ਕਿ ਕੋਈ ਮਿਨਿਸਟਰ ਜਿਹੜਾ ਉਹ ਆਪ ਨਹੀਂ ਡਿਸਾਈਡ ਕਰੇਗਾ, ਉਹਨੂੰ ਇਹ ਅਡੀਸ਼ਨਲ ਚੀਫ ਸੈਕਟਰੀ ਜੇਲ੍ਹ ਉਹ ਆਪਣੇ ਲੈਵਲ 'ਤੇ ਦੇਖੇਗਾ ਕਿ ਜਿਹੜੀਆਂ ਕੋਈ ਆਉਂਦੀਆਂ ਨੇ ਉਹਨਾਂ ਨੂੰ ਉਹਨੇ ਕਿਵੇਂ ਡੀਲ ਕਰਨਾ, ਕਿਉਂਕਿ ਪੋਲੀਟੀਕਲ ਆਦਮੀ ਕਿਤੇ ਵੀ ਕਿਸੇ ਗਲਤ ਕਿਸੇ ਦੀ ਕਰ ਸਕਦਾ ਕਿ ਆਫਿਸਰ ਜਿਹੜੇ ਠੀਕ ਕਰਦੇ ਨੇ। ਅਤੇ ਇਹਦੇ ਬਾਅਦ ਜੇ ਕੋਈ ਆਈ ਗੱਲ, ਪਹਿਲੀ ਗੱਲ ਤਾਂ ਇਹ ਜੇਲ੍ਹ ਮਿਨਿਸਟਰ ਦਾ ਕੰਮ ਹੀ ਨਹੀਂ ਗਾ, ਇਹ ਆਪ ਜੇਲ੍ਹ ਮਿਨਿਸਟਰ ਆ ਭਗਵੰਤ ਮਾਨ, ਇਹਨੂੰ ਪਤਾ ਕਿ ਜੇਲ੍ਹ ਡਿਪਾਰਟਮੈਂਟ ਕਸਟੋਡੀਅਨ ਹੁੰਦਾ, ਉਹਦੇ ਵਿੱਚ ਕੋਰਟ ਵੱਲੋਂ ਬੰਦਾ ਜੇਲ੍ਹ 'ਚ ਜਾਂਦਾ ਅਤੇ ਕੋਰਟ ਵੱਲੋਂ ਹੀ ਬਾਹਰ ਨਿਕਲਦਾ, ਨਾ ਕਿ ਭਗਵੰਤ ਮਾਨ ਵਾਂਗੂ ਕਿ ਰਾਤ ਨੂੰ ਕੋਈ ਆਰਡਰ ਕਰ ਦਿਉ, ਟਵੀਟ ਕਰ ਦਿਉ ਅਤੇ ਸਵੇਰੇ ਉੱਠ ਕੇ ਜਦੋਂ ਲੱਥ ਜਾਂਦੀ ਆ ਉਦੋਂ ਕੋਈ ਹੋਰ ਟਵੀਟ ਕਰ ਦਿਉ। ਮੈਂ ਇਹਦੇ ਦੱਸ ਦੇਣਾ ਚਾਹੁੰਦਾ ਕਿ ਇਹਦੀ ਜਿਹੜੀ FIR ਹੋਈ ਸੀ ਉਹਦਾ ਸਭ ਤੋਂ ਜਿਹੜਾ ਮੇਨ ਆਦਮੀ ਆ ਉਹ ਅਮੰਗ ਜਿੰਦਲ ਆ। ਮੇਰਾ ਖਿਆਲ ਜਿਹਨੇ CM ਦੀ ਕੋਠੀ ਦੀ ਰੈਨੋਵੇਸ਼ਨ ਵੀ ਕੀਤੀ ਆ ਉਹੀ ਆ, ਅਤੇ ਉਸ ਟਾਈਮ ਦਾ SSP ਉਹ ਦੱਸ ਸਕਦੇ ਨੇ ਕਿ ਇਹ ਕੇਸ ਕਰਕੇ ਲਿਆਂਦਾ, ਅਤੇ ਉਸ ਟਾਈਮ ਦੇ SSP ਨੇ ਇਹਨੂੰ ਇੰਟਰੋਗੇਟ ਵੀ ਕੀਤਾ ਹੋਇਆ। ਉਸ ਟਾਈਮ ਦੀ ਕੋਰਟ ਨੇ ਇਹਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ, ਅਤੇ ਇੱਥੇ ਜੇਲ੍ਹ ਡਿਪਾਰਟਮੈਂਟ ਕਿੱਥੋਂ ਆ ਗਿਆ ਜੀ?
ਦੂਸਰਾ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਜਿਹੜੇ ਕਹਿੰਦੇ ਕਿ ਜੀ ਇਹਨਾਂ ਨੇ ਬਿੱਲ ਦੇ ਦਿੱਤੇ ਕਿ ਇਹਨਾਂ ਕੋਲੋਂ ਰਿਕਵਰ ਕਰ, ਜਿਹੜਾ ਅੱਜ ਤੱਕ ਪੇਮੈਂਟ ਨਹੀਂ ਹੋਈ ਸਾਡੀ ਗੌਰਮੈਂਟ ਨੇ, ਮੈਂ ਜਿਸ ਵੇਲੇ ਬਣਿਆ ਮੈਂ ਵੀ ਇਹਦੀ ਪੇਮੈਂਟ ਨਹੀਂ ਕੀਤੀ, ਮੈਂ ਵਾਪਸ ਭੇਜ ਦਿੱਤੀ ਫਾਈਲ। ਜਿਸ ਚੀਜ਼ ਦੀ ਪੇਮੈਂਟ ਨਹੀਂ ਹੋਈ, ਜਿਸ ਤਰੀਕ ਦੇ ਜਿਸ ਆਦਮੀ ਦੇ ਪੈਸੇ ਉਹਨੂੰ ਅਜੇ ਤੱਕ ਗਏ ਨਹੀਂ, ਅਤੇ ਰਿਕਵਰੀ ਕਿਸ ਗੱਲ ਦੀ ਜੀ? ਅਤੇ ਜੇ ਮੈਂ ਨਾਲ ਹੀ ਚੀਫ ਮਿਨਿਸਟਰ ਪੁੱਛਣਾ ਚਾਹੁੰਦਾ ਕਿ ਵਿਕਰਮ ਮਜੀਠੀਆ ਦਾ ਕੇਸ 'ਚ ਇਹਨੇ ਹੁਣ ਵੀ ਗਿਰੀ ਐਡਵੋਕੇਟ ਨੂੰ ਅਪੁਆਇੰਟ ਕੀਤਾ, ਅਜੇ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਆਪਣਾ ਐਡਵੋਕੇਟ ਵੀ ਬੈਠਾ, ਐਡਵੋਕੇਟ ਜਨਰਲ ਬੈਠਾ, ਉਹ ਨਹੀਂ ਪੇਸ਼ ਹੋ ਰਿਹਾ, ਵੀ ਗਿਰੀ ਕੀਤਾ। ਅਤੇ ਇਹ ਤਾਂ ਡਿਪਾਰਟਮੈਂਟ ਨੇ ਦੇਖਣਾ ਕਿ ਤੁਸੀਂ ਏ ਜੀ ਜਾਂ ਏ ਜੀ ਨੇ ਦੇਖਣਾ ਇਹ। ਮੈਂ ਇਸ ਕਰਕੇ ਤੁਹਾਨੂੰ ਗੱਲਾਂ ਦੱਸੀਆਂ, ਆਹ ਸਾਰੀਆਂ ਚੀਜ਼ਾਂ ਨਾਲ ਲਾਈਆਂ ਕਿ ਜਿਹੜੇ ਜਿਹੜੇ ਬਿੱਲ ਨੇ, ਕਿੰਨੀ ਫਾਈਲ ਕਿੱਥੇ ਘੁੰਮਦੀ ਰਹੀ। ਇਸ ਕਰਕੇ ਇਹ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਅਗਲਾ ਸਵਾਲ ਇਹ ਪੁੱਛਣਾ ਚਾਹੁੰਦਾ, ਪ੍ਰਧਾਨ ਜੀ ਨੇ ਪੁੱਛ ਲਿਆ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ 'ਚ ਹੋਈ। ਮੇਰੇ ਵੇਲੇ ਤਾਂ ਕਹਿੰਦੇ ਨੇ ਕਿ ਜਿਹੜੇ ਜੇਲ੍ਹ ਦੇ ਕੇਸ ਨੇ ਉਹ ਜੇਲ੍ਹ ਮਿਨਿਸਟਰ ਵੇਖੇ, ਅਤੇ ਇਹਦੇ ਵੇਲੇ ਕੀ ਆ ਜੀ? ਉਹਦੇ ਵੇਲੇ ਜਿਹੜਾ ਮੇਰੇ ਤੋਂ ਪਹਿਲਾਂ ਸੀਗਾ, ਆ ਇਹਦੇ ਤੋਂ ਭਗਵੰਤ ਮਾਨ ਤੋਂ ਹਰਜੋਤ ਬੈਂਸ, ਉਹਨੇ ਕਿਹਾ ਸੀ ਅਸੀਂ ਪਰਚਾ ਵੀ ਕਰਾਂਗੇ, ਪਰਚਾ ਵੀ ਨਹੀਂ ਹੋਇਆ, ਸਾਲ ਹੋ ਗਿਆ। ਜਿਹੜਾ ਇਹ ਸਿੱਧੂ ਮੂਸੇਵਾਲੇ ਦਾ ਮੇਨ ਅਕਿਊਜ਼ਡ ਸੀਗਾ ਬਿਸ਼ਨੋਈ, ਇੰਟਰਵਿਊ ਜਿਹੜੀ ਚੱਲ ਰਹੀ ਆ ਅੱਜ ਅਵੇਲੇਬਲ ਹੈ ਯੂਟਿਊਬ 'ਤੇ, ਅਤੇ ਕੋਈ ਮੈਨੂੰ ਦੱਸੋ, ਤੁਹਾਨੂੰ ਵੀ ਪਤਾ ਕਿ ਕੋਈ ਅੱਜ ਸਰਕਾਰ ਦੇ ਅਗੇਂਸਟ ਬੋਲਦਾ? ਜਿੰਨਾ ਆਪਾਂ ਬੋਲ ਰਹੇ ਹਾਂ, ਇਹ ਥੋੜ੍ਹੀ ਦੇਰ ਬਾਅਦ ਸਭ ਕੁਝ ਉੱਡ ਜਾਣਾ, ਇਹਨਾਂ ਸਭ ਯੂਟਿਊਬ 'ਤੇ ਸਭ ਕੁਝ ਡਾਲ ਦੇਣਾ ਕਿ ਕੀ ਬੋਲ ਰਹੇ ਨੇ। ਅਤੇ ਉਹ ਜਿਹੜੀ ਸਿੱਧੂ ਇਹਦੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ, ਅੱਜ ਵੀ ਦੋਨੋਂ ਇੰਟਰਵਿਊਆਂ ਜਿਹੜੀਆਂ ਯੂਟਿਊਬ 'ਤੇ ਚੱਲ ਰਹੀਆਂ ਨੇ, ਉਹਨੂੰ ਇਹਨਾਂ ਨੇ ਰਿਮੂਵ ਕੀਤਾ। ਉਹਦੇ ਬਾਅਦ ਭਗਵੰਤ ਮਾਨ ਦੇ ਕੋਲ ਜਿਹੜਾ ਹੈਗਾ, ਇਹਨਾਂ ਨੇ ਭਗਵੰਤ ਮਾਨ ਨੇ ਇੱਕ SIT ਬਣਾਈ ਕਿ ਇਹ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਆ ਇਹਦੇ 'ਤੇ ਅਸੀਂ SIT ਬਣਾਉਂਦੇ ਹਾਂ, ਅਤੇ 15 ਦਿਨ 'ਚ ਇਹਦੀ ਰਿਪੋਰਟ ਆ ਜਾਏਗੀ। ਯਾਰ ਮੁਲਜ਼ਮ ਵੀ ਇਹਨਾਂ ਦੇ ਕੋਲ, ਇੰਟਰਵਿਊ ਲੈਣ ਵਾਲਾ ਵੀ ਰਿਪੋਰਟਰ ਜਿਹੜਾ ਪੰਜਾਬ ਦਾ, ਉਹ ਵੀ ਇੱਥੇ। ਅੱਜ ਤੱਕ ਦੋਨਾਂ ਕੋਲ ਨਹੀਂ ਕੀਤੀ ਇਨਕੁਆਇਰੀ, ਨਹੀਂ ਕੀਤੀ, 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਦੂਸਰੀ ਲੋਅ ਐਂਡ ਆਰਡਰ ਦੀ ਗੱਲ ਕਰ ਲਈਏ, ਲੋਅ ਐਂਡ ਆਰਡਰ ਜਿਵੇਂ ਇਹਨਾਂ ਨੇ ਦੱਸ ਦਿੱਤਾ, ਬਟਾਲੇ ਦੇ ਵਿੱਚ 2 ਦਿਨ ਲਗਾਤਾਰ ਗੋਲੀ ਚੱਲਦੀ ਰਹੀ ਆ, ਉੱਥੇ ਜ਼ਖਮੀ ਹੋ ਗਏ, ਕੋਲ ਬਚ ਗਏ, ਉੱਥੋਂ ਹੀ ਜਿਹੜੀ ਸਥਾਨ ਤੋਂ ਗੋਲੀ ਚੱਲੀ 1 ਘੰਟੇ ਬਾਅਦ ਉੱਥੋਂ ਹੀ ਕਾਰ ਫਿਰ ਉੱਥੋਂ ਖੋਹ ਕੇ ਲੈ ਗਏ। ਇਹ ਪੁਲਿਸ ਦਾ ਮਾੜਾ ਹਾਲ ਹੈ। ਅੱਜ ਪੰਜਾਬ ਦੇ ਵਿੱਚ 16 DGP ਨੇ, 13 ਪੰਜਾਬ 'ਚ ਨੇ, 3 ਸਾਡੇ ਡੈਪੂਟੇਸ਼ਨ 'ਚ ਨੇ, ਔਰ ਅਸੀਂ ਆਪਣਾ ਪਰਮਾਨੈਂਟ ਅੱਜ ਤੱਕ DGP ਨਹੀਂ ਦੇ ਸਕੇ। ਇਹ ਸਰਕਾਰ ਦੀ ਨੇ, ਤੁਹਾਨੂੰ ਪਤਾ ਕੀ ਹੈ, CM ਸਾਹਿਬ ਫੋਕਸ ਕਰੋ ਇਹਦੇ ਸਟੇਟ ਦੇ ਉੱਤੇ, ਇਹ ਸਟੇਜ ਨਹੀਂ, ਇਹ ਸਟੇਟ ਆ, ਇਹ ਜੁਮਲੀਬਾਜ਼ੀ ਨਹੀਂ ਹੋਣੀ, ਇਹ ਭੰਡ ਮੈਨੂੰ ਸੌਰੀ ਕਹਿਣਾ ਪੈ ਰਿਹਾ, ਇਹ ਭੰਡਾਂ ਦਾ ਰੋਲ ਨਹੀਂ ਗਾ, ਸਰਕਾਰ ਚਲਾਉਣ ਦਾ ਰੋਲ ਆ। ਤਕੜੇ ਹੋ ਕੇ ਸਰਕਾਰ ਵੱਲ ਵੇਖੋ। ਅਤੇ ਇਹਦੇ ਬਾਅਦ ਗੋਲਡੀ ਬਰਾੜ ਨੇ ਇੰਟਰਵਿਊ ਦਿੱਤੀ, ਅਤੇ ਇਹ CM ਸਾਹਿਬ ਕਹਿੰਦੇ ਨੇ ਕਿ ਮੈਂ ਉਹਨੂੰ ਅਸੀਂ ਫੜ ਲਿਆ ਅਤੇ ਇਹਨੂੰ ਵਾਪਸ ਲੈ ਕੇ ਆਵਾਂਗੇ। ਕਿੱਥੇ ਗਿਆ ਉਹਦੀ ਗੱਲ? ਪਰਸੋਂ ਮੇਰੇ ਖਿਆਲ ਇੰਟਰਵਿਊ, 2-3 ਦਿਨ ਪਹਿਲਾਂ ਇੰਟਰਵਿਊ ਆਈ ਹੈ ਨਾ, ਕਿ ਮੈਂ 2-2.5 ਕਰੋੜ ਰੁਪਇਆ ਪੰਜਾਬ ਦੇ ਵਿੱਚੋਂ ਐਕਸਟੋਰਸ਼ਨ ਲੈਣਾ, ਵਸੂਲੀ ਕਰਦਾ। ਇਹ CM ਹੁਣ ਜਵਾਬ ਦੇਵੇ। ਦੂਸਰੀ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਅੰਡਰ ਕੰਟਰੋਲ ਆ। ਮਾਨ ਸਾਹਿਬ
ਕਦੀ ਪ੍ਰੈਸ ਦੇ ਸਾਹਮਣੇ ਜਿਵੇਂ ਅਸੀਂ ਬੈਠੇ ਹਾਂ ਤਾਂ ਆਣ ਕੇ ਕਰਿਓ ਇੰਟਰਵਿਊ, ਇਹ ਤਾਂ ਅੰਦਰੋਂ ਬੈਠੇ ਹੀ ਬੋਲ ਜਾਂਦੇ ਤਾਂ ਉੱਥੋਂ ਹੀ ਇਹ ਕਰ ਦਿੰਦੇ ਨੇ। ਮੈਂ ਇਹਨਾਂ ਦੇ ਨਾਲ ਤੁਹਾਡੇ ਰਾਹੀਂ ਇਹਨਾਂ ਦੇ ਜਿਹੜੇ PR ਓ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਭਰਾ ਇਹਦਾ ਨਾਂ ਜਿਹੜਾ ਟਵਿੱਟਰ ਐਪ ਉਹ ਰਿਮੂਵ ਕਰ ਦਿਉ। ਇਹ ਪਤਾ ਨਹੀਂ ਪੀ ਕੇ ਟਵੀਟ ਕੁਝ ਹੋਰ ਕਰ ਦਿੰਦਾ ਅਤੇ ਜਦੋਂ ਉਤਰਦੀ ਆ ਉਦੋਂ ਹੋਰ ਕਰ ਦਿੰਦਾ। ਆ ਇਹਦੇ ਵਿੱਚ ਆ ਹਿੰਦੁਸਤਾਨ ਟਾਈਮਸ ਮੇਰੇ ਕੋਲ ਕਟਿੰਗ ਆ, ਇਹਦੇ 'ਚ ਲਿਖਿਆ CM ਵਿਲ ਰਿਕਵਰ 55 ਲੱਖ ਸਪੈਂਟ ਔਨ ਅੰਸਾਰੀ ਫਰੋਮ ਕੈਪਟਨ ਰੰਧਾਵਾ। ਅੱਗੇ ਜਾ ਕੇ ਪਤਾ ਕੀ ਲਿਖਦਾ, ਲੇਟਰ ਇਨ ਏ ਸਟੇਟਮੈਂਟ ਮਾਨ ਸੈਡ ਦ ਸਟੇਟ ਗਵਰਨਮੈਂਟ ਵਿਲ ਨੋਟ ਪੇ ਰੁਪੀ 55 ਲੱਖ ਸਪੈਂਟ ਔਨ ਦਾ ਸਟੇ ਆਫ ਡਿਮਾਂਡ ਕ੍ਰਿਮੀਨਲ ਮੁਖਤਾਰ ਅੰਸਾਰੀ ਇਨ ਜੇਲ। ਇਹਦੀ ਮੈਨੂੰ ਸਮਝ ਨਹੀਂ ਲੱਗੀ ਸਵੇਰੇ, ਕਹਿੰਦਾ ਮੈਂ ਇਹਨਾਂ ਤੋਂ ਰਿਕਵਰ ਕਰਾਂਗਾ ਅਤੇ ਬਾਅਦ 'ਚ ਕਹਿੰਦਾ ਕਿ ਮੈਂ ਉਹਨੂੰ ਪੈਸੇ ਨਹੀਂ ਦੇਵਾਂਗਾ। ਫਿਰ ਰਿਕਵਰੀ ਕਿਸ ਚੀਜ਼ ਦੀ? ਇਹਦਾ ਮਤਲਬ ਇੱਕ ਤਾਂ ਟਵਿੱਟਰ ਕਰਦਾ ਉੱਡ ਗਿਆ, ਅਤੇ ਇਹਦਾ ਟਵਿੱਟਰ ਮੈਨੂੰ ਸਮਝ ਨਹੀਂ ਲੱਗਦੀ ਇਹਦਾ ਬੰਦ ਕਦੋਂ ਹੋਣ। ਇਹ ਪੰਜਾਬ ਦੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ 12 ਘੰਟੇ ਦੇ ਟਵਿੱਟਰ ਦੇਖ ਲਿਆ ਕਰੋ ਕਿ ਉਹਦੇ ਬਾਅਦ 'ਚ ਨਹੀਂ ਕੁਝ ਆਉਣੀ, ਉਹਦੇ 'ਤੇ ਫੇਰ ਰਿਐਕਟ ਕਰਿਆ ਕਰੋ। ਤੁਸੀਂ ਸਾਨੂੰ ਵਕਤ ਪਾ ਦਿੰਦੇ, ਇਹ ਤਾਂ ਲਾਉਂਦਾ ਸਮਾਨ ਅਤੇ ਟਵਿੱਟਰ ਕਰਕੇ ਨਾਲ ਹੀ ਬੰਦ ਕਰਦਾ, ਕੋਈ ਵੀ ਨਹੀਂ ਐਕਸੈਸੀਬਲ, ਤੁਹਾਨੂੰ ਵੀ ਨਹੀਂ ਤਾਂ ਤੁਸੀਂ ਸਾਨੂੰ ਵਕਤ ਪਾਈ ਰੱਖ ਦਿਓ। ਤੋ ਇਹ ਕਰਕੇ ਇਹ ਆ ਦੂਸਰੀ ਚੀਜ਼। ਇਹਨਾਂ ਨੇ ਆ ਗਈ ਜੀ ਜਿਹੜੀਆਂ ਨੌਕਰੀਆਂ ਹੋਣੇ, ਪ੍ਰਧਾਨ ਜੀ ਨੇ ਗੱਲ ਕੀਤੀ, ਆਹ ਮੇਰੇ ਕੋਲ ਅਸੈਂਬਲੀ ਦਾ ਕੁਐਸਚਨ ਹੈ, ਮੇਰੇ ਵੱਲੋਂ ਪਾਇਆ ਗਿਆ ਸੀ। ਜਿਹੜਾ ਮਿਨਿਸਟਰ ਆ ਇਹਦੇ ਵਿੱਚ ਲਿਖਿਆ ਸੁਖਜਿੰਦਰ ਸਿੰਘ ਰੰਧਾਵਾ ਕੀ ਰੋਜ਼ਗਾਰ ਕੱਲ੍ਹ ਉਹ ਉੱਥੇ ਇਹਨਾਂ ਦੇ ਔਫਿਸ 'ਚ ਪਏ ਹੋਣੇ ਮੁੱਖ ਮੰਤਰੀ ਕੋਲ, ਇਹਨੂੰ ਕੋਈ ਵਿਖਾ ਲਏ, ਤੁਹਾਨੂੰ ਮੈਂ ਭੇਜ ਵੀ ਦਊਂਗਾ। ਮੈਂ ਵੀ ਆਪਣੇ ਕੋਲ ਰੱਖੀ ਸੀ ਕਿਉਂਕਿ ਉਦੋਂ ਮੇਰੇ ਕੈਪਟਨ ਸਾਹਿਬ ਨਾਲ ਬੜੇ ਵਧੀਆ ਰਿਲੇਸ਼ਨ ਸੀਗੇ ਅਤੇ ਮੈਂ ਹਰ ਕਾਗਜ਼ ਆਪਣੇ ਕੋਲ ਹੀ ਰੱਖ ਲੈਂਦਾ ਹੁੰਦਾ ਸੀ ਜਿਹੜਾ ਮੈਂ ਕਰਦਾ ਸੀ। ਮੇਰੇ ਸੀ ਮੈਂ ਉਹਦੇ 'ਚ ਇਹ ਚੀਜ਼ ਹੁੰਦੀ ਆ, ਇਹ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਕਿਸੇ ਜੋ ਵੀ ਡਿਪਾਰਟਮੈਂਟ ਦੀ, ਹੁਣ ਕਿਸੇ ਡਿਪਾਰਟਮੈਂਟ ਦੀ ਇਹਨਾਂ ਕੋਲ ਹੋਮ ਆ, ਇਹ AG ਜਿਹੜਾ ਹੋਮ ਡਿਪਾਰਟਮੈਂਟ ਨੂੰ ਲਿਖੇਗਾ, ਹੋਮ ਡਿਪਾਰਟਮੈਂਟ ਹੀ ਬਿੱਲ ਜਿਹੜੇ ਕਲੀਅਰ ਕਰਦਾ ਅਤੇ ਐਡਵੋਕੇਟ ਅਪੁਆਇੰਟ ਕਰਦਾ, ਹੋਰ ਕੋਈ ਨਹੀਂ ਕਰ ਸਕਦਾ। ਇਹਦੇ 'ਚ ਇਹ ਚੀਜ਼ ਆਉਂਦੀ ਆ ਜਿਸ ਵੇਲੇ ਸੁਪਰੀਮ ਕੋਰਟ 'ਚ ਕੇਸ ਗਿਆ ਉਸ ਵੇਲੇ ਐਡਵੋਕੇਟ ਜਨਰਲ ਨੇ ਲਿਖਿਆ ਕਿ ਜੇਲ੍ਹ ਡਿਪਾਰਟਮੈਂਟ ਨੂੰ ਉਹਦੇ 'ਚ ਰਿਸਪੋਂਡੈਂਟ ਬਣਾਇਆ ਗਿਆ। ਰਿਸਪੋਂਡੈਂਟ ਜਿੱਥੇ ਬਣਾਇਆ ਜਾਂਦਾ ਉੱਥੇ ਗੌਰਮੈਂਟ ਵਿੱਚ ਇੰਟਰਵਿਊ ਕਰਨਾ ਪੈਂਦਾ, ਗੌਰਮੈਂਟ ਨੂੰ ਆਪਣਾ ਵਕੀਲ ਭੇਜਣਾ ਪੈਂਦਾ, ਇਹ ਕਾਨੂੰਨ ਆ ਕਿ ਉਹਦੇ 'ਚ ਔਫਿਸਰ ਅਤੇ ਮੈਨੂੰ ਤਾਂ ਬਾਈ ਨੇ ਬਣਾਇਆ ਨਹੀਂ।